सब्जेक्ट बाबा कबीर जी ने छेड़िया हुआ है। फिर उस सब्जेक्ट दे हर पहलू छोड़ रहे हैं। आज जब श्लोक तोड़े पर संज्ञा कर रहे हैं, एग्जांपल वजो सेत कहते ने सफेद रंग रंगा के नाम ने रतन देवनागरी बोली के मुताबिक पीले रंग नु पीत कहते ने जेड़े पीले कपड़े पाते हैं उन्होंने साधन संतान पीतंबर आखते हैं। पीतंबर साधन पीले कपड़े नीलंबर साधन अंबर कहने के कपड़े ये नीलंबर साधन ने ये नीले कपड़े पाते ये श्वेतंबर साधन ने सफेद कपड़े पाते। सेत का अर्थ है सफेद चिट्टा। इथे एक एग्जाम्पल दे रहे हैं कहते ने आम काला कपड़ा नहीं पर काली कंबली जी काली ऊन तो बनती कपड़ा जिन्हों आप रंग किया जाए उनका रंग फेड भी हो जाता है। उन्हों रंग काट पुराने जमाने अंदर आम वरतते सन एक पाउडर उस रंग काट नाल उनका रंग खत्म भी किया जा सकता सी जिहड़ा आप रंग किया हो पर
ਜਿਹੜਾ ਕਾਲੀ ਉਹ ਕਾਲੀ ਉਹਨੂੰ ਤੋਂ ਬਣੀ ਹੋਈ ਕੁਦਰਤ ਵੱਲੋਂ ਕਾਲੇ ਰੰਗ ਦੀ ਭੇਜੂ ਦੀ ਉਹਨ ਤੋਂ ਬਣੀ ਹੋਈ ਕੰਬਲੀ ਕਾਲੀ ਕੰਬਲੀ ਹੋਵੇ ਜਿਹਨੂੰ ਕਾਲੀ ਕੰਬਲੀ ਆਖਦੇ ਸੀ ਉਹਨੂੰ ਕੋਈ ਰੰਗ ਕਾਟ ਉਹਦੇ ਰੰਗ ਨੂੰ ਖਤਮ ਨਹੀਂ ਕਰ ਸਕਦਾ ਉਹ ਕਾਲਾ ਹੀ ਰਹਿੰਦਾ ਇੱਥੇ ਹੁਣ ਇੱਕ ਐਗਜ਼ਾਮਪਲ ਦੇ ਦਿੱਤੀ ਦੋ ਲਫ਼ਜ਼ ਆਮ ਲਗਾਤਾਰ ਚੱਲ ਰਹੇ ਨੇ ਕੁਛ ਕੁਝ ਹਫ਼ਤਿਆਂ ਤੋਂ ਉਹਦੇ ਚ ਇੱਕ ਪੱਖ ਹੈ ਸਾਧ ਦਾ ਇੱਕ ਪੱਖ ਹੈ ਸਾਕਤ ਦਾ ਲਗਾਤਾਰ ਚੱਲ ਰਿਹਾ ਸਾਧ ਤੇ ਸਾਕਤ ਸਾਕਤ ਕੀ ਹੈ ਸਾਕਤ ਤੋਂ ਕਿਉਂ ਦੂਰ ਰਹਿਣਾ ਸਾਧ ਦੀ ਸੰਗਤ ਕਿਉਂ ਕਰਨੀ ਹੈ ਤੇ ਸਾਧ ਕੀ ਹੈ ਕਿਉਂਕਿ ਜਿਹੜੀ ਚੀਜ਼ ਦੀ ਲੋੜ ਮਹਿਸੂਸ ਹੋਵੇ ਨਾ ਦੁਨੀਆਂ ਅੰਦਰ ਉਸੇ ਚੀਜ਼ ਦੀ ਨਕਲ ਸ਼ੁਰੂ ਹੋ ਜਾਂਦੀ ਹੈ ਸਾਕਤ ਦਾ ਭਲਾ ਨਫ਼ਰਤ ਦਾ ਪਾਤਰ ਸੀ ਕਿਸੇ ਨੇ ਸਾਕਤ ਧੋਖੇ ਨਾਲ ਕੀ ਬਣਨਾ ਸੀ ਪਰ ਸਾਧ ਕਿਉਂਕਿ ਸਤਿਕਾਰ ਦਾ ਪਾਤਰ ਸੀ ਉਹਦੀ ਸੰਗਤ ਹਰ ਕੋਈ ਚਾਹੁੰਦਾ ਸੀ ਉਹਦੇ ਅੱਗੇ ਸਮਰਪਣ ਵੀ ਕਰਦਾ ਸੀ ਉਹਦੇ ਭੇਟਾਂ ਵੀ ਦਿੱਤੀਆਂ ਜਾਂਦੀਆਂ ਸਨ ਉਹਦਾ ਮਾਨ ਸਨਮਾਨ ਵੀ ਹੁੰਦਾ ਸੀ ਇਸ ਲਈ ਉਹਦੀ ਨਕਲ ਵੀ ਸ਼ੁਰੂ ਹੋ ਗਈ ਬਾਬਾ ਕਬੀਰ ਜੀ ਬੜੇ ਸੁਚੇਤ ਬਿਰਤੀ ਨੇ ਕਹਿੰਦੇ ਨੇ ਮੈਂ ਇਹਨਾਂ ਚੀਜ਼ਾਂ ਨੂੰ ਜਾਣਾਂ ਚੰਗੀ ਤਰ੍ਹਾਂ ਸਮਝ ਲਈ ਸਾਕਤ ਕੀ ਹੈ ਸਾਧ ਕੀ ਹੈ ਸਾਧ ਦੇ ਸਾਕਤ ਦੇ ਤਾਂ ਦੋ ਰੂਪ ਹੈ ਨਹੀਂ ਜਿਹੜਾ ਰੱਬ ਵੱਲੋਂ ਟੁੱਟਿਆ ਹੋਇਆ ਮਨ ਉਹ ਉਹਦੀ ਨਕਲ ਤਾਂ ਹੋਣੀ ਕੋਈ ਨਹੀਂ ਸਾਧ ਜਿਹੜਾ ਉਹਦੀ ਨਕਲ ਹੋ ਸਕਦੀ ਹੈ ਇਸ ਲਈ ਸਾਧ ਨੂੰ ਦੇ ਦੋਨੋਂ ਰੂਪ ਸਮਝਣੇ ਜ਼ਰੂਰੀ ਨੇ ਇੱਕ ਪਖੰਡੀ ਸਾਧ ਪਹਿਰਾਵੇ ਦਾ ਸਾਧ ਭੇਖਧਾਰੀ ਸਾਧ ਜਿਹੜਾ ਅੱਜ ਦੇ ਜ਼ਮਾਨੇ ਅੰਦਰ ਅੱਜ ਦੇ ਯੁੱਗ ਅੰਦਰ ਵੀ ਇੱਕ ਬੜਾ ਜ਼ਰੂਰੀ ਜਿਹਾ ਸਬਜੈਕਟ ਬਣਿਆ ਹੋਇਆ ਪਖੰਡਵਾਦੀ ਭੇਖ ਧਾਰਨ ਕਰਨ ਵਾਲਾ ਸਾਧ ਇੱਕ ਮਨ ਕਰਕੇ ਰੱਬ ਨਾਲ ਜੁੜਿਆ ਹੋਇਆ ਸਾਧ ਜੀਵਨ ਨੂੰ ਸਾਧਨਾ ਕਰਨ ਵਾਲਾ ਜੇ ਤੁਕ ਆਪਾਂ ਪਿਛਲੇ ਦਿਨ ਜਿਹੜੀ ਸੀ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਜਿਹੜਾ ਪ੍ਰਭੂ ਦਾ ਨਾਮ ਦੀ ਕਮਾਈ ਕਰਨ ਵਾਲਾ ਉਹ ਸਾਧ ਹੁਣ ਦੋ ਚੀਜ਼ਾਂ ਉਹ ਆ ਗਈਆਂ ਸਾਧ ਵਿੱਚ ਦੋ ਮਸਲੇ ਆ ਗਏ ਇੱਕ ਪਖੰਡਵਾਦ ਵਾਲਾ ਭੇਖਧਾਰੀ ਤੇ ਇੱਕ ਅਸਲ ਤੇ ਇੱਕ ਸਾਕਤ ਪੁਰਸ਼ ਤਿੰਨ ਆਈਟਮਾਂ ਤਿੰਨ ਚੀਜ਼ਾਂ ਸਾਡੇ ਸਾਹਮਣੇ ਆ ਗਈਆਂ ਬਾਬਾ ਕਬੀਰ ਜੀ ਨੇ ਉਹਨਾਂ ਤਿੰਨਾਂ ਨੂੰ ਛੋਇਆ ਕਹਿੰਦੇ ਨੇ ਮੈਂ ਇਹ ਵੀ ਚਾਹੁੰਦਾ ਤੈਨੂੰ ਪਤਾ ਲੱਗ ਜਾਏ ਕਿਤੇ ਐਸਾ ਨਾ ਹੋਵੇ ਸੰਗਤ ਤੇ ਬਹੁਤ ਚੰਗੀ ਹੈ ਸਾਧ ਦੀ ਹੈ ਬਾਰ ਬਾਰ ਸਾਧੂ ਦੀ ਸੰਗਤ ਸਾਧ ਸੰਗਤ ਦੀ ਦਾ ਜ਼ਿਕਰ ਬਾਣੀ ਵਿੱਚ ਵੀ ਆਇਆ ਪਰ ਇੰਨਾ ਜ਼ਿਕਰ ਆਉਣ ਕਰਕੇ ਮਨੁੱਖ ਨੂੰ ਗੁੰਮਰਾਹ ਵੀ ਕੀਤਾ ਗਿਆ ਮਨੁੱਖ ਹੁਣ ਕਈ ਵਾਰ ਆਪਾਂ ਦੇਖਦੇ ਹਾਂ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਅਸ਼ਟਪਦੀ ਪੂਰੀ ਸਾਹਿਬ ਤੇ ਪੂਰੀ ਅਸ਼ਟਪਦੀ ਸਾਹਿਬ ਤੇ ਮਨ ਸਾਚਾ ਮੁੱਖ ਸਾਚਾ ਸੋ ਬ੍ਰਹਮ ਗਿਆਨੀ ਤੇ ਨਾਨਕੇ ਲੱਛਣ ਬ੍ਰਹਮ ਗਿਆਨੀ ਹੋ ਸਾਧ ਤੇ ਪੂਰੀ ਸਾਧ ਕੇ ਸੰਗ ਮੁਖ ਉਜਲ ਹੋ ਸਾਧ ਕੇ ਸੰਗ ਸਿਰਦੀ ਮੁਲਕ ਹੋ ਸਾਧ ਕੇ ਸੰਗ ਮਿਟੇ ਅਪਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਹੁਣ ਜਿੱਥੇ ਸਾਧ ਦੀ ਇੰਨੀ ਉਪਮਾ ਤੇ ਸਾਧ ਦੀ ਇੰਨੀ ਲੋੜ ਪ੍ਰਤੀਤ ਹੋਏਗੀ ਉਹਦਾ ਮਾਨ ਸਨਮਾਨ ਵੀ ਹੋਏਗਾ ਇਸ ਲਈ ਸਾਧ ਭੇਖਤਾ ਵੀ ਪੈਦਾ ਹੋ ਗਿਆ ਮਸਲਾ ਇਹ ਦੋ ਬਣ ਗਏ ਉੱਧਰ ਸਾਕਤ ਦਾ ਇੱਕ ਤੀਜਾ ਮਸਲਾ ਲਗਾਤਾਰ ਦੋ ਤਿੰਨ ਵੀਕ ਤੋਂ ਚੱਲ ਰਹੇ ਹੁਣ
ਗੱਲ ਸਾਕਤ ਦੀ ਚੱਲ ਰਹੀ ਹੈ, ਮੈਂ ਉਹਨੂੰ ਪਹਿਲਾਂ ਸ਼ਤਾਬਦੀ ਦੇ ਸਮੇਂ ਸਪਸ਼ਟ ਕਰ ਲਵਾਂ। ਕਹਿੰਦੇ ਨੇ ਸਾਕਤ ਜਿਹੜਾ ਹੈ ਉਹ ਕਾਲੀ ਕੰਬਲੀ ਵਾਂਗੂ ਹੈ, ਕਾਲੀ ਕੰਬਲੀ ਵਾਂਗੂ, ਕਾਲੇ ਰੰਗ ਕੀਤੇ ਹੋਏ ਕੱਪੜੇ ਵਾਂਗੂ ਨਹੀਂ। ਕਾਲੀ ਕੰਬਲ ਰੰਗ ਕੀਤੇ ਹੋਏ ਕੱਪੜੇ ਦਾ ਰੰਗ ਬਦਲਿਆ ਜਾ ਸਕਦਾ, ਰੰਗ ਕਾਟ ਨਾਲ ਖਤਮ ਕੀਤਾ ਜਾ ਸਕਦਾ, ਪਰ ਜਿਹੜਾ ਕਾਲੀ ਕੰਬਲੀ ਹੈ ਉਹਨੂੰ ਕੋਈ ਸਾਬਣ ਲਾ ਕੇ ਧੋ ਦੇਵੇ, ਇੱਕ ਵਾਰੀ ਨਹੀਂ ਜਿੰਨੀ ਵਾਰ ਮਰਜ਼ੀ ਧੋ ਲੈ, ਉਹ ਸਾਫ਼ ਨਹੀਂ ਹੁੰਦੀ, ਉਹ ਚਿੱਟੀ ਨਹੀਂ ਹੁੰਦੀ, ਕਿਉਂਕਿ ਸਿਹਤ ਲਫ਼ਜ਼ ਹੈ, ਸਿਹਤ ਦਾ ਅਰਥ ਹੈ ਚਿੱਟਾ ਰੰਗ। ਹੁਣ ਬਾਬਾ ਕਬੀਰ ਆਖਦੇ ਨੇ ਸਾਕਤ ਪੁਰਸ਼ ਨੂੰ ਕੋਈ ਗੁਰਮੁਖ ਬਣਾਉਣਾ ਚਾਹੇ ਉਹ ਤਾਂ ਗੁਰੂ ਦੇ ਦਰਬਾਰ ਵਿੱਚ ਆ ਕੇ ਵੀ ਗੁਰਮੁਖ ਨਹੀਂ ਬਣਦਾ, ਗੁਰਬਾਣੀ ਹਰ ਗੱਲ ਦਾ ਜਵਾਬ ਦਿੰਦੀ। ਕਹਿੰਦੇ ਸਾਕਤ ਜਾਏ ਨਿਵੇਂ ਗੁਰ ਆਗੇ, ਜੇ ਪਰ ਸਾਕਤ ਪੁਰਸ਼ ਗੁਰਦੁਆਰੇ ਵੀ ਆ ਲੈ, ਗੁਰੂ ਅੱਗੇ ਆ ਕੇ ਨਮਸਕਾਰ ਵੀ ਕਰ ਲੈ, ਮੱਥਾ ਵੀ ਟੇਕ ਲੈ, ਕੀ ਸਮਝਦੀ ਉਹ ਬਦਲ ਜਾਏਗਾ? ਗੁਰਬਾਣੀ ਦਾ ਫੈਸਲਾ ਮੇਰਾ ਨਹੀਂ। ਕਹਿਣ ਲੱਗੇ ਸਾਕਤ ਜਾਏ ਨਿਵੇਂ ਗੁਰ ਆਗੇ, ਮਨ ਖੋਟੇ ਕੂੜ ਕੂੜ ਯਾਰੇ, ਉਹਦਾ ਮਨ ਖੋਟਾ ਹੀ ਰਹਿਣਾ। ਅਗਲੀ ਤੋਂ ਕਹੇ ਜਾਂ ਗੁਰ ਕਹੇ ਉੱਠੋ ਮੇਰੇ ਭਾਈ, ਜਦੋਂ ਗੁਰੂ ਸਾਰਿਆਂ ਨੂੰ ਜਗਾ ਰਿਹਾ ਹੋਵੇ ਸੁੱਤਿਆਂ ਨੂੰ ਗਿਆਨ ਦੀ ਰੋਸ਼ਨੀ ਨਾਲ, ਤੇ ਉਹਦੇ ਕੋਲ ਉਹਨੂੰ ਮੁਖਾਤਬ ਕਰਕੇ ਵੀ ਆਖੇ ਵੀ ਭਲਿਆ ਉੱਠ, ਤੇ ਗੁਰੂ ਕਹਿੰਦੇ ਨੇ ਉਹ ਕੁਸਰਮ ਆ ਕੇ ਬਹਿ ਜਾਂਦਾ ਹੈ, ਮਨ ਨੂੰ ਜਿਵੇਂ ਬਦਲਾ ਹੋਵੇ। ਗੁਰਬਾਣੀ ਵਿੱਚ ਕਹਿੰਦੇ ਜੀਵਨ ਬਦਲ ਨਹੀਂ ਪਾਉਂਦਾ, ਮਨੋਂ ਇਉਂ ਹੈ ਜਿਵੇਂ ਬਾਬਾ ਕਬੀਰ ਕਹਿੰਦੇ ਨੇ ਉਹ ਕਾਲੀ ਕੰਬਲੀ ਹੈ ਤੇ ਜਿਹੜੀ ਧੋਤੇ ਹਾਂ ਵੀ ਚਿੱਟੀ ਨਹੀਂ ਹੁੰਦੀ। ਸਾਕਤ ਕਾਲੀ ਕੰਬਲੀ ਧੋਏ ਹੋਏ ਨਾ ਸੇਤ, ਧੋ ਕੇ ਵੀ ਉਹਨੂੰ ਸਫੈਦ ਨਹੀਂ ਕੀਤਾ ਜਾ ਸਕਦਾ। ਗੁਰੂ ਨੇ ਬਾਣੀ ਅੰਦਰ ਇੱਕ ਥਾਂ ਤੇ ਹੋਰ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ ਜਿਹੜੀ ਹੁਣੇ ਆਈ ਸੀ। ਕਾਲੀ ਹੈ ਕਾਲੀ ਦਿਸਦੀ ਹੈ, ਜਿੰਨੇ ਕੱਪੜੇ ਤੁਸੀਂ ਰਾਤ ਨੂੰ ਸੁੱਕਣੇ ਪਾਓਗੇ ਸਭ ਕਾਲੇ ਦਿਸਣਗੇ, ਹਨੇਰਾ ਕਾਲੀ ਰਾਤ। ਪਰ ਕਹਿਣ ਲੱਗੇ ਸਾਰੀ ਰਾਤ ਕਾਲੀ ਰਹੇ, ਕਾਲੀ ਰਹੇ, ਪਰ ਉਸ ਕਾਲੀ ਰਾਤ ਵਿੱਚ ਕੋਈ ਚਿੱਟਾ ਕੱਪੜਾ ਸੁੱਕਣੇ ਪਾ ਦਿਓ, ਕੀ ਉਹ ਰਾਤ ਦੇ ਅੰਧੇਰੇ ਦੀ ਕਾਲਖ ਨਾਲ ਕਾਲਾ ਹੋ ਜਾਏਗਾ? ਕਹਿਣ ਲੱਗੇ ਰਾਤੀ ਹੋਣ ਕਹਾਣੀਆਂ ਸੁਪੇਂਦਾ ਭਾਵ ਚਿੱਟੇ ਸਫੈਦ ਕੱਪੜੇ ਸੁਪੇਂਦਾ ਸੇਵਨ, ਉਹਨਾਂ ਦੇ ਰੰਗ ਉਹੀ ਰਹਿਣੇ ਸਫੈਦ ਦਾ ਰੰਗ, ਕਾਲੀ ਕਾਲੀ ਰਾਤ ਨੇ ਉਹਦਾ ਰੰਗ ਕਾਲਾ ਨਹੀਂ ਕਰਨਾ, ਨਹੀਂ ਕਰ ਸਕਦੇ ਮੇਰੀ ਗੁਰੂ। ਕਹਿਣ ਲੱਗੇ ਦਿਓ ਮੱਗਾ ਤਪੇ ਘਣਾ, ਜੇ ਭਲਾ ਸੁਖ ਦਿਨ ਚੜਿਆ ਹੋਵੇ ਤੇ ਦਿਨ ਨੂੰ ਚਿੱਟਾ ਸੂਰਜ ਚੜ ਪਵੇ, ਉਹਦੀ ਧੁੱਪ ਵੀ ਤੇਜ਼ ਹੋਵੇ ਤੇ ਉਸ ਦਿਨ ਦੇ ਚਾਨਣ ਚਿੱਟੇ ਰੰਗ ਦੀ ਧੁੱਪ ਦੇ ਵਿੱਚ ਆ ਕੇ ਕੋਈ ਕਾਲੀ ਕੰਬਲੀ ਨੂੰ ਸੁੱਕਣੇ ਪਾ ਦੇਵੇ, ਤਾਂ ਕਿ ਉਹ ਚਿੱਟੀ ਸੂਰਜ ਦੀ ਧੁੱਪ ਉਸ ਕਾਲੀ ਕੰਬਲੀ ਨੂੰ ਚਿੱਟਾ ਕਰ ਦੇਗੀ। ਗੁਰੂ ਨੇ ਇੱਕ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਦਿਓ ਬੱਗਾ ਤਪੇ ਘਣਾ ਕਾਲਿਆਂ ਕਾਲੇ ਪਾ।
मनुख दी आदत सुभा जिंदगी बन गई है कि इंदा गुरबाणी दा गुरु दे उपदेश दा गुरु के चरणां विच आउण दा साध संगत विच बैठण दा इंदे मन ते कोई असर नहीं हो रहा। काला काला साकरकारी काबरी तोहे हुए नशे कह लगे फिर चंगी गल तो यह है भी साध दी संगत कर लो इथों जरा रुकना साध दी संगत कर हुण मसला आ गया भी साध भी एक तरह का नहीं एक दिखावे का देखता ही साध है वह भी साध है उन्होंने भी लोग साधु कहें जिन्हें केवल कपड़े गेरू रंगे पा के जिन्हें केवल शकल बना के साधुओं वाली तुर पे उन्होंने भी लोग साधु कहें टॉपिक शुरू होया सी जो ये श्लोक आया सी कि दुनिया के लोगों सिख साखा बहुत एक ही है कि सौकी उम्मीद चाले थे हर मिलने को बीचे क्योंकि इस श्लोक उदो आया सी भी रब नू मिलन दी तरह मन विच रख के ये आख के दुनिया नू कि मैं घर इसलिए छड़े आ मैं रब नू मिलन चले आ मैं साध बन गया मैं दुनिया त्याग दी है पर होया कि जो रब की गल का मसला आया तो कुछ लोगों ने चाह तो हर एक मन की होंगी असी रब न देखिए कुछ लोग मगर लग पाए एक दे मगर लेके दूजा दूजे मगर लेके दूजा चेले चाटले सिख सौखा बहुते बन गए मगर लगन वाले हूँ चलिया तो असी रब न मिलने वास्ते पर अपने सिखा सेवकों की चेलिया की गिनती में पै गया है मेरे इन्हें चेले मेरे मगर लगन वाले इन्हें उन्होंने रब ही भुल गया रब ही भुल हूँ जिन्हें मगर तुरे इसलिए सब खोले सू रब मिलाएगा उन्होंने की कहे कह लगा रब है ही उन्होंने कह लगा तुम रब रब है ही सौखा तरीका एक और साध है गुरु ने बाणी भी रखे चाले थे हर मिलन को बीचेट क्यों चीत इथों तक अगे वधे कहन लगे ऐसा मनुख जेड़ा है जे भला उपदेश करे रब दियां गल्लां करे ताकि किसी का जीवन बदल सकता जेड़ा पेकता है सा क्योंकि दोनों पक्ष ले रहे ने बाबा कबीर जी लगातार कुछ दिनों तो मैं देख लिया कहिंदे ने ऐसा मनुख जेड़ा पेख करके साध बनिया ते उपदेश करदा है कि वो संसार का जीवन बदल सकता है इतने भी बाबा कबीर जी फिर बोलता कह लगे और को उपदेश से मुख में पर है रेत जिन्हें होरना उपदेश करते हैं रब दल्ला करते हैं पेखता ही नहीं आप रब न जुड़े नहीं चल इतने हर मिलने को बीचे अटके चीत वाली गल है कह लगे कि उन्होंने उपदेश जिंदगी का कुछ सवार सकेगा इतने फिर एग्जाम्पल देंगे कहने अवरे को उपदेश से मुख में पर है रेत मानो ये मनुख जड़े ने जो उपदेश करते हैं समझ लो उन्होंने जबान तो मूँह में निकलिया होया हर एक लफज इो ही है जिमें रेत होंगी है जिमें रेत भी मनुख का कुछ नहीं सवारती पिछले दिन गई कि रेत में ना तो खेत पैदा होता फसल पैदा होती ना रेत का घर बनता ना रहायश मिलती है ना रोटी मिलती कुछ नहीं सवारती गुरु ने बाणी भी कह दिया कुछ नहीं सवार बारू के भीत जैसे वसुंधा को राज बारू भीत बनाई रख पच रहत नहीं दिन चार तैसे ही सुख माया के उर्जो कहंग वार बारू कहने ने रेत नू मानो यह जो मनुखा की अदा उपदेश भी मानो रेत है जिन्हें थोड़ा जीवन कुछ नहीं सवार दुख में पर है रेत ना वो अपना कुछ सवार सकते ना किसी का कुछ सवार सकते हैं हम
ਹੁਣ ਅੱਗੇ ਜਾ ਕੇ ਕਹਿੰਦੇ ਨੇ ਕਾਰਨ ਕਹਿਣ ਲੱਗੇ ਇਸ ਦਾ ਮਤਲਬ ਇਹ ਨਹੀਂ ਕਿ ਆਪਾਂ ਸਾਧ ਸੰਗਤ ਛੱਡ ਦੇਈਏ ਦੇਖੋ ਦੋਨੋਂ ਪੱਖ ਦੱਸ ਲੈਣੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਡਰ ਪੱਖੋਂ ਵੀ ਇਹ ਭੇਖਧਾਰੀ ਸੰਤ ਪੈਦਾ ਹੋ ਗਏ ਨੇ ਕਿਉਂਕਿ ਭੇਖਧਾਰੀ ਸਾਧ ਪੈਦਾ ਹੋ ਗਏ ਨੇ ਇਸ ਲਈ ਸਾਧ ਸੰਗਤ ਵਿੱਚ ਜਾਣਾ ਛੱਡ ਦੇ ਨਹੀਂ ਐਸੀ ਗੱਲ ਨਹੀਂ ਇਹ ਗੱਲ ਵੱਖਰੀ ਹੈ ਜਿਹੜਾ ਭੇਖਧਾਰੀ ਹੈ ਉਹ ਦੌਲਤ ਵਿੱਚ ਦੂਜੇ ਨਾਲੋਂ ਜ਼ਿਆਦਾ ਹੋਏਗਾ ਕਿਉਂਕਿ ਦੂਜੇ ਨੂੰ ਗੁੰਮਰਾਹ ਕਰਦੇ ਉਹਦਾ ਡੇਰਾ ਵੱਡਾ ਹੋ ਸਕਦਾ ਉਹਦਾ ਆਡੰਬਰ ਵੱਡਾ ਹੋ ਸਕਦਾ ਤੇ ਜਿਹੜਾ ਸੱਚਾ ਸਾਧੂ ਹੈ ਉਹ ਰੱਬ ਨਾਲ ਜੁੜਿਆ ਹੋਇਆ ਸਾਧੂ ਹੈ ਉਹਦੇ ਮਨ ਵਿੱਚ ਕੋਈ ਲੋਭ ਲਾਲਚ ਨਹੀਂ ਹੁੰਦਾ ਇਸ ਲਈ ਉਹ ਸਾਦੇ ਜੀਵਨ ਵਾਲਾ ਹੁੰਦਾ ਹੈ ਹੋ ਸਕਦਾ ਤੈਨੂੰ ਅਸਲ ਸਾਧੂ ਦੇ ਨੇੜੇ ਹੋਇਆ ਉਹਦੀ ਸੰਗਤ ਕੀਤਿਆਂ ਰੱਜ ਰੋਟੀ ਵੀ ਚੰਗਾ ਵਧੀਆ ਲੰਗਰ ਵੀ ਨਾ ਮਿਲੇ ਕਹਿਣ ਲੱਗੇ ਪਰ ਫਿਰ ਵੀ ਜਿਹੜਾ ਸਾਧ ਹੈ ਨਾ ਮਨੋ ਸਾਧ ਹੈ ਉਹਦੀ ਸੰਗਤ ਨਾ ਤਿਆਗੀ ਸੰਗਤ ਸਾਧਕੀ ਜੇ ਬੇਸ਼ਕ ਤੈਨੂੰ ਜੋਂ ਖਾਣੇ ਪੈਣ ਇਹ ਵਿਸ਼ਵਾਸ ਰੱਖੀ ਸੋਚੀ ਵੀ ਇਹਦੇ ਘਰ ਵਿੱਚ ਕੁਝ ਨਹੀਂ ਹੁੰਦਾ ਤਾਂ ਡੇਰਾ ਵੀ ਕੋਈ ਨਹੀਂ ਅੱਜ ਕੱਲ੍ਹ ਤੇ ਮਨੁੱਖ ਇਹੀ ਸੋਚਦਾ ਨਾ ਵੀ ਉਹ ਹੀ ਸੰਤ ਹੈ ਜਿਹਦਾ ਡੇਰਾ ਵੱਡਾ ਹੋਵੇ ਜਿੰਦੇ ਜਿੱਥੇ ਗਿਆ ਲੰਗਰ ਵਧੀਆ ਮਿਲੇ ਜਿੱਥੇ ਗਿਆ ਕਮਰੇ ਏ ਸੀ ਮਿਲ ਗੁਰੂ ਕਹਿੰਦੇ ਨੇ ਬਿਲਕੁਲ ਨਹੀਂ ਸੰਗਤ ਕਰੀਏ ਸਾਧਕੀ ਜੋ ਕਿ ਭੂਸੀ ਖਾਓ ਜੋਂ ਦਾ ਵੀ ਜੋਂ ਨਹੀਂ ਜੋਂ ਦਾ ਛਿਲਕਾ ਜੇ ਤੈਨੂੰ ਜੋਂ ਦਾ ਛਿਲਕਾ ਖਾ ਕੇ ਉੱਥੇ ਰਾਤ ਕੱਟਣੀ ਪਵੇ ਸੰਗਤ ਵਿੱਚ ਬੈਠ ਕੇ ਤਾਂ ਉਹ ਨਾ ਛੱਡੇ ਹੁਣ ਆਸ ਹੋਇਆ ਸਾਖਤ ਸੰਗਤ ਜਾਓ ਇਹ ਸਮਝ ਲਈ ਵੀ ਜੋ ਕੁਝ ਵੀ ਜਿਸ ਤਰ੍ਹਾਂ ਦਾ ਜੀਵਨ ਵੀ ਮੇਰਾ ਬੀਤੇ ਸਾਧ ਸੰਗਤ ਵਿੱਚ ਬੀਤੇ ਮੈਂ ਸਾਖਤ ਦੀ ਸੰਗਤ ਵਿੱਚ ਨਾ ਜਾਵਾਂ ਸਾਖਤ ਸੰਗਤ ਨਾ ਜਾਓ ਇੱਥੋਂ ਤੱਕ ਸਾਡੇ ਸਾਹਮਣੇ ਰੋਜ਼ਾਨਾ ਬਾਬਾ ਕਬੀਰ ਜੀ ਦੇ ਖਿਆਲ ਆ ਗਏ ਹੁਣ ਜਰਾ ਅੱਗੇ ਵਧਣਾ ਹੈ ਕਹਿਣ ਲੱਗੇ ਤੈਨੂੰ ਮੈਂ ਪਛਾਣ ਵੀ ਦੱਸ ਦਿੱਤੀ ਹੈ ਭੇਖਧਾਰੀ ਸਾਧ ਦੀ ਤੇ ਅੰਦਰੋਂ ਰੱਬ ਨਾਲ ਜੁੜੇ ਹੋਏ ਸਾਧ ਤੈਨੂੰ ਇਹ ਵੀ ਨਿਸ਼ਾਨੀ ਦੱਸ ਦਿੱਤੀ ਹੈ ਤੇ ਸਮਝਾ ਦਿੱਤਾ ਕਿ ਸਾਖਤ ਦੀ ਸੰਗਤ ਵਿੱਚ ਨਾ ਜਾਵੇ ਲੋ ਹੁਣ ਅੱਗੇ ਕਹਿਣ ਲੱਗੇ ਅਮੀਰ ਆਦਮੀ ਹੈ ਇਹ ਮੇਰੇ ਕੋਲ ਜਦੋਂ ਆਏਗਾ ਕੀ ਲੈ ਤੁਸੀਂ ਆਮ ਡੇਰਿਆਂ ਵਿੱਚ ਜਾ ਕੇ ਦੇਖੋ ਇੱਕ ਅਮੀਰ ਚੇਲਾ ਆ ਜਾਏ ਉਹਨੂੰ ਕਿੰਨੀ ਜਲਦੀ ਰਿਸੀਵ ਕੀਤਾ ਜਾਂਦਾ ਕਿੰਨਾ ਅੱਛਾ ਉਹਨੂੰ ਮਾਨ ਸਨਮਾਨ ਦਿੱਤਾ ਜਾਂਦਾ ਉਹਦੇ ਲਈ ਸਪੈਸ਼ਲ ਖਾਣੇ ਬਣ ਕੇ ਉਹਦੇ ਕਮਰੇ ਵਿੱਚ ਜਾਂਦਾ ਅਤੇ ਜੇ ਕੋਈ ਗਰੀਬ ਚਲਾ ਜਾਏ ਉਸੇ ਦੇ ਦਰਬਾਰ ਵਿੱਚ ਕਈ ਕਈ ਦਿਨ ਬੈਠਾ ਰਹਿੰਦਾ ਉਹਨੂੰ ਮਿਲਣ ਦਾ ਹੀ ਟਾਈਮ ਨਹੀਂ ਹੁਣ ਬਾਬਾ ਕਬੀਰ ਜੀ ਖਿਆਲ ਦਿੰਦੇ ਨੇ ਕਹਿਣ ਲੱਗੇ ਜਿਹੜਾ ਅਸਲ ਸਾਧੂ ਹੈ ਨਾ ਉਹਦੀ ਨਿਸ਼ਾਨੀ ਕੀ ਹੈ ਦਿਨ ਦਿਨ ਦੂਣਾ ਹੇਤ ਦੂਣਾ ਹੇਤ ਦਾ ਮਤਲਬ ਹੁੰਦਾ ਦਿਨ ਬ ਦਿਨ ਪਿਆਰ ਵਧਣਾ ਹੇਤ ਕਹਿੰਦੇ ਨੇ ਪਿਆਰ ਨੂੰ ਦਿਨ ਦੁਗੁਣਾ ਰਾਤ ਚੌਗੁਣਾ ਕਿਉਂਕਿ ਉੱਥੇ ਲਾਲਚ ਕੋਈ ਨਹੀਂ ਨਾ ਉਹ ਤੇਰੇ ਕੋਲੋਂ ਕੁਝ ਭਾਲਦਾ ਹੈ ਨਾ ਤੂੰ ਉਹਦੇ ਕੋਲੋਂ ਪੁੱਤਰ ਧੀਆਂ ਤੇ ਸੰਸਾਰ ਦੀ ਕੋਈ ਸਵੰਬਰ ਲੈਣ ਵਾਸਤੇ ਗਿਆ ਤੂੰ ਵੀ ਕਹਿੰਦਾ ਮੈਂ ਰੱਬ ਨਾਲ ਜੁੜਨ ਗਿਆ ਲੋਭ ਲਾਲਚ ਦਰਮਿਆਨ ਨਹੀਂ ਜਿੱਥੇ ਵੀ ਲੋਭ ਲਾਲਚ ਦਰਮਿਆਨ ਵਿੱਚ ਆ ਜਾਏਗਾ ਨਾ ਉਹ ਹੇਤ
प्यार वधदा नहीं, आज नहीं कल टुटेगा, कल नहीं परसों टुटेगा। लालच से कभी प्यार नहीं बढ़िया, लोभ से कभी प्यार नहीं करेगा। कहन लगे प्यार बढ़ता है। साकत काली कामरी धोए होए ना सेत, पर साकत पुरुष जड़ा वो काली कंबली बनूए ना, वो आप बदल ला ना तैनू बदल सकता है, ना तेरा जीवन सुधार सकता है, ना उनका अपना जीवन सुधरिया। संगत जड़ी साथ दी कर उस साध दी जिंदा जेड़ा तेरे को कुछ लालच लोभ ना रखता हो कि तू आवेगा की लैके आवेगा, ना तू उनके कोल किसे लालच नाल जावे कि उत्थे जावांगा मैनू की मिलेगा, क्योंकि जिथे सवाल लालच का आ जाएगा सगुण ने बाणी चवे नहीं आख्या हे लोभा लंपट संग सिर मोरे अनिक लहरी कलोलते तावंत जी आ बहुत प्रकारन अनक भांत बहुत डोलते। अगली लाइन विच कहन लगे गुरु अर्जुन पातशाह कहन लगे नच मित्रन नच इष्टन नच बांधव नच मात पिता तव रजिया, तेरा तो कोई रिश्ता ही नहीं, कोई रिश्ता तू निभा नहीं सकता क्योंकि ऊपर पैसे लाई तू अपनी लोड़ लाई किसी और रिश्ता पा रहे है, इसलिए तेरा कोई मित्र नहीं। जिनी देर किसी मित्र कोई तेरी लोड़ पूरी होंगी उन्नी देर मित्रता है, जिस दिन तेरी लोड़ पूरी ना हुई तू कौन मैं कौन, गुरु कहते नच मित्र नच इष्ट तेरा तो गुरु भी गुरु ने। जीवन देख कई बार मनुख दो बार चार बार ये नहीं सोचता कि जिस लई मैं अरदास कर रहा वो योग है कि नहीं। कई बार देखो साड़ी आम जिंदगी जिंदा घर का कतल हो गया मकतूम का घर परिवार जरा वो भी अरदास कर रहा है, मैं केस विच इंसाफ मिले ते जिड़ा कतल करने वाला है वो भी अरदास कर रहा है कि मैं सजा ना हो गई। जे दो बारी अरदास करन तो बाद उस कातल नु सजा हो जाओ, मैं दो बारी मैं गुरुद्वारे जाके अरदासा करी गुरु भी नहीं सुनता, गुरु ने तो देखने केड़ी गल योग है केड़ी अयोग है, तू नहीं समझ सकता। गुरु कहने इसलिए एक ख्याल करी तेरी अरदास दे अंदर कोई लालच नहीं होना चाहिए, जे तू रब नाल प्रभु नाल गुरु नाल कोई रिश्ता कायम करना चाहना है ता एक ख्याल करी लोभ बस आने वाला मनुख जेड़ा उदा ता कोई भी रिश्ता नहीं होना। नच मित्र नच इष्टम नच बांधव नच मात पिता तब लज्जया, उनका तो माता पिता नाल भी कोई रिश्ता नहीं, जे अखीर ते आके उन जायदाद घट मिली जान टाइम ते उन जायदाद वो चाहता मेरे ना लुआ दो ना लुआई पाया सी। अज के जमाने अंदर तुसी ऐसा कई बार देखिया सुनिया होना है कि पुत्र माँ बाप नूं कतल कर देंगे, कदा रिश्ता रह गया। लंपट संग सिर मोरे अनेक लहरी कलोलते तावंत जी आ बहु प्रकारन अनेक भांत बहु डोलते नच मित्रंग नच इष्टंग नच बांधव नच मात पिता तब लगे, तेरा कोई रिश्ता है ही नहीं। जे लालच का कोई रिश्ता नहीं होंदा लोभी का विसा हो नकी चे जे का पार विसा है, गुरु ने एवं नहीं आख दिता किसी लोभ बस जीवन जीन वाले मनुख नाल कभी नेड़ता ना पैदा कर वो खत्म होएगी, लोभी का विसाव ना कीजे तेरा रिश्ता बनी भी सकता। इसलिए अगली तो कंदर कहन लगे संगत साध की दिन दिन दूना है, ये साधु दी
ਦੀ ਸੰਗਤ ਰਹੇ ਤੇ ਉਹ ਵੀ ਨਿਰਛਲ ਹੋ ਕੇ ਨਿਰਲੋਭ ਹੋ ਕੇ ਰਹੇ ਤਾਂ ਫਿਰ ਦਿਨ ਦਿਨ ਦੂਣਾ ਹੇਤ ਉੱਥੇ ਕਿਉਂਕਿ ਲਾਲਚ ਕੋਈ ਨਹੀਂ ਦਿਨ ਬ ਦਿਨ ਪਿਆਰ ਵਧੇਗਾ ਪਰ ਜੇ ਤੂੰ ਲਾਲਚ ਵਸ ਪਿਆਰ ਪੈਦਾ ਕਰਨਾ ਚਾਹੇਗਾ ਨਾ ਰੱਬ ਨਾਲ ਪੜਨਾ ਨਾ ਗੁਰੂ ਨਾਲ ਪੜਨਾ ਹੁਣ ਅਗਲੇ ਪਾਸੇ ਆਉਂਦੇ ਸਾਧੂ ਪੜ ਕਿਉਂਕਿ ਉਸ ਸਮੇਂ ਤੇ ਮੈਂ ਤੂੰ ਹਰਜ਼ ਕੀਤੀ ਸੀ ਵੀ ਦੋ ਤਰ੍ਹਾਂ ਦੇ ਸਾਧੂ ਨੇ ਇੱਕ ਮਨ ਦੀ ਸਾਧਨਾ ਕਰਕੇ ਰੱਬ ਨਾਲ ਜੁੜਨ ਵਾਲਾ ਇੱਕ ਕੇਵਲ ਭੇਖ ਬਣਾ ਕੇ ਸਾਧੂਆਂ ਵਾਲੀ ਸ਼ਕਲ ਬਣਾ ਕੇ ਭਾਵੇਂ ਅਸੀਂ ਅੱਜ ਕਹਿ ਦਿੰਦੇ ਹਾਂ ਸਿੱਖਾਂ ਵਾਲਾ ਸਰੂਪ ਬਣਾ ਕੇ ਜਿਹਨੂੰ ਆਪਾਂ ਬਾਣਾ ਆਖਦੇ ਹਾਂ ਬਾਣਾ ਪਾ ਕੇ ਕੇਵਲ ਅਸੀਂ ਆਖੀਏ ਅਸੀਂ ਸਿੱਖ ਬਣ ਗਏ ਇਸੇ ਤਰ੍ਹਾਂ ਬਾਣਾ ਪਹਿਰਾਵਾ ਪਾ ਕੇ ਕੋਈ ਆਖੇ ਮੈਂ ਸਾਧੂ ਬਣ ਗਿਆ ਉਹ ਬੜਾ ਆਸਾਨ ਹੈ ਹੁਣ ਇੱਥੇ ਬਾਬਾ ਕਬੀਰ ਜੀ ਅਗਲੀ ਲਾਈਨ ਅੰਦਰ ਇੱਕ ਗੱਲ ਕਹਿੰਦੇ ਨੇ ਕਹਿੰਦੇ ਨੇ ਉਸ ਟਾਈਮ 'ਤੇ ਜਿਹੜੇ ਸਾਧੂ ਬਣਦੇ ਸਨ ਹਿੰਦੂ ਮੈਥੋਲੋਜੀ ਦੇ ਮੁਤਾਬਕ ਕਿਉਂਕਿ ਬਾਬਾ ਕਬੀਰ ਜੀ ਗੁਰੂ ਨਾਨਕ ਪਾਤਸ਼ਾਹ ਜੀ 300 ਸਾਲ ਪਹਿਲਾਂ ਦੇ ਬ੍ਰਹਮ ਰਿਜ਼ਨ ਚੱਲਦਾ ਸੀ ਉਹੀ ਸਮਾਜ ਦੇ ਕਾਰੋਬਾਰ ਉਹੀ ਸਮਾਜ ਦੇ ਧਾਰਮਿਕ ਨਿਯਮ ਚੱਲਦੇ ਸਨ ਉਸ ਟਾਈਮ ਦੇ ਮੁਤਾਬਕ ਜਦੋਂ ਕੋਈ ਸਾਧੂ ਬਣਦਾ ਸੀ ਸਤੰਬਰ ਪਿਤੰਬਰ ਨੀਲੰਬਰ ਕਿਸੇ ਵੀ ਆਦਰਸ਼ ਵਿੱਚ ਸ਼ਾਮਿਲ ਹੁੰਦਾ ਸੀ ਤਾਂ ਉਹਨੂੰ ਆਪਣਾ ਲਿਬਾਸ ਪਹਿਨਣ ਦੇ ਨਾਲ ਨਾਲ ਵਾਲ ਬਣਾਉਣੇ ਪੈਂਦੇ ਸਨ ਉਹਨੂੰ ਮੁੰਨੀ ਕਹਿੰਦੇ ਸਨ ਭਾਈ ਕਾਲ ਸਿੰਘ ਨਾਭਾ ਦਾ ਵੀ ਮਹਾਨ ਕੋਸ਼ ਪੜ੍ਹੋ ਨਾ ਉਹਦੇ ਤੋਂ ਕਹਿੰਦਾ ਜਿਹੜੇ ਸਿਰ ਮੁੰਨੇ ਮੁੰਨ ਕੇ ਸਾਧੂ ਬਣਦੇ ਸਨ ਉਹਨਾਂ ਨੂੰ ਸਿਰ ਮੁੰਨੇ ਸਾਧੂ ਬਲਕਿ ਜਿਹੜੇ ਜੈਨੀ ਨੇ ਇਹਨਾਂ ਵਿੱਚ ਜਦੋਂ ਸਾਧੂ ਬਣਦੇ ਨੇ ਉਹਨਾਂ ਵਿੱਚ ਵੀ ਮਸਲਾ ਸਿਰ ਦੇ ਵਾਲਾਂ ਦਾ ਪਰ ਇਹ ਤਾਂ ਉਦੋਂ ਹੀ ਔਖਾ ਹੈ ਕਿ ਇੱਕ ਇੱਕ ਵਾਲ ਸਿਰ ਦਾ ਇਹ ਨਹੀਂ ਵੀ ਕਟਾਉਂਦੇ ਨੇ ਬਲਕਿ ਕਟਾਉਂਦੇ ਨੇ ਇਹ ਬੜਾ ਔਖਾ ਰਸਤਾ ਇਹਨਾਂ ਦਾ ਪਰ ਇਹਨਾਂ ਦਾ ਮਕਸਦ ਉਹ ਹੀ ਹੈ ਉਦੋਂ ਵੀ ਵੱਡੇ ਸਾਧੂ ਬਣਨ ਦੇ ਖਿਆਲ ਨਾਲ ਉਠਾਉਂਦੇ ਨੇ ਲੇਕਿਨ ਮਕਸਦ ਇਹ ਵੀ ਇਹ ਸਮਝਦੇ ਨੇ ਵੀ ਸਿਰ ਦੇ ਵਾਲ ਮਨਾਉਣੇ ਬਹੁਤ ਜ਼ਰੂਰੀ ਨੇ ਜਿਹਨੇ ਸਾਧੂ ਬਣਨਾ ਉਸ ਟਾਈਮ ਦੀ ਹਿੰਦੂ ਮੈਥੋਲੋਜੀ ਦੀ ਮਰਿਆਦਾ ਮੁਤਾਬਕ ਹੁਣ ਬਾਬਾ ਕਬੀਰ ਉਸੇ ਨੂੰ ਬਿਆਨ ਕਰਦੇ ਨੇ ਚੈਲੰਜ ਕਰਦੇ ਨੇ ਤੇ ਕਹਿੰਦੇ ਨੇ ਮਨ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੀ ਬਹੁਤ ਸਾਰੀ ਬਹੁਤਾਤ ਪੈਦਾ ਹੋਈ ਹੋਈ ਹੈ ਜੇ ਤੂੰ ਮੁੰਨਣਾ ਹੀ ਚਾਹੁੰਦਾ ਤੂੰ ਸਮਝਣਾ ਕਿ ਮੁੰਨਣਾ ਜ਼ਰੂਰੀ ਹੈ ਸਾਧੂ ਬਣਨ ਲਈ ਤਾਂ ਮਨ ਮੰਨ ਭਾਵ ਉਹਦੇ ਵਿੱਚੋਂ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੱਢ ਸਿਰ ਦੇ ਵਾਲ ਕੱਢਣ ਦਾ ਕੀ ਫਾਇਦਾ ਕਹਿਣ ਲੱਗੇ ਚੰਗੀ ਗੱਲ ਤਾਂ ਇਹ ਸੀ ਤੂੰ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੱਢ ਜੋ ਕੁਝ ਵੀ ਤੇਰੇ ਜੀਵਨ ਅੰਦਰ ਮੁਦਾਖਲਤ ਕਰ ਰਿਹਾ ਜੋ ਤੇਰੇ ਜੀਵਨ ਅੰਦਰ ਵਿਘਨ ਪੈਦਾ ਕਰ ਰਿਹਾ ਉਹ ਤੇ ਹੈ ਮਨ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ ਤੇਰਾ ਤਾਂ ਸਿਰ ਮੁੰਨਣਾ ਅਜਾਈ ਹੈ ਤੂੰ ਸਾਧੂ ਨਹੀਂ ਬਣ ਸਕਦਾ ਸਿਰ ਮੁੰਨ ਕੇ ਜੇ ਤੂੰ ਆਖੇ ਸਿਰ ਮੁੰਨ ਕੇ ਮੈਂ ਸਾਧੂ ਬਣ ਜਾਵਾਂ ਤੇ ਕਹਿਣ ਲੱਗੇ ਬਿਲਕੁਲ ਨਹੀਂ ਚਾਹੀਦਾ ਤੇ ਇਹ ਸੀ ਤੂੰ ਮਨ ਮੁੰਡੇ ਮਨ ਅੰਦਰ ਜਿਹੜੀਆਂ ਚੀਜ਼ਾਂ ਪੈਦਾ ਹੋ ਚੁੱਕੀਆਂ ਨੇ ਉਹਨਾਂ ਨੂੰ ਖਤਮ ਕਰੇ ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ ਕਹਿਣ ਲੱਗੇ ਦੇਸ਼ ਛੋੜ ਪਰਦੇਸੇ ਪਰ ਉੱਥੇ ਜਾ ਕੇ ਵੀ ਕੀ ਦੇਖੇ ਕਾਮ ਕ੍ਰੋਧ ਲੋਭ ਮੋਹ ਹੰਕਾਰ
ਉੱਥੇ ਵੀ ਘਰ ਛੱਡ ਘਰ ਤਾਂ ਛੱਡ ਆਇਆ ਘਰ ਵਿੱਚ ਜਿਹੜੀਆਂ ਛੱਡਣ ਵਾਲੀਆਂ ਚੀਜ਼ਾਂ ਸਨ ਹੋਰ ਨਾ ਛੱਡ ਕੇ ਆਇਆ ਹੁਣ ਬਾਬਾ ਕਬੀਰ ਕਹਿਣ ਲੱਗੇ ਲੈ ਮੈਂ ਤੈਨੂੰ ਇਹ ਵੀ ਨਿਸ਼ਾਨੀ ਦੱਸ ਦਿਆਂ ਕਿ ਭੇਖਧਾਰੀ ਕੇਵਲ ਸਾਧ ਦਾ ਭੇਖ ਬਣਾ ਕੇ ਜੀਵਨ ਵਾਲੇ ਲੋਕ ਜਿਹੜੇ ਤੇਰੇ ਸਾਹਮਣੇ ਸਾਜ ਕੀ ਹੋ ਰਿਹਾ ਕੇਵਲ ਜੀਵਨ ਦਾ ਭੇਖ ਮੈਨੂੰ ਕਈ ਗੱਲਾਂ ਸਾਂਝੀਆਂ ਕਰਨੀਆਂ ਵੀ ਔਖੀਆਂ ਹੋ ਜਾਂਦੀਆਂ ਸੰਗਤ ਵਿੱਚ ਔਰ ਸਮਾਂ ਐਸਾ ਸੋਸ਼ਲ ਮੀਡੀਆ ਐਸਾ ਆ ਗਿਆ ਜਿਹਨੇ ਕੋਈ ਛੁਪਾ ਕੇ ਨਹੀਂ ਰੱਖੇ ਹਰ ਚੀਜ਼ ਤੁਹਾਡੇ ਸਾਹਮਣੇ ਆ ਜਾਂਦੀ ਕਿ ਕਿਸ ਕਿਸ ਤਰ੍ਹਾਂ ਦੇ ਸਾਧੂ ਨੇ ਨਗਨ ਰਹਿੰਦੇ ਨੇ ਕਿਸ ਤਰ੍ਹਾਂ ਦੇ ਲੋਕ ਧਰਮੀ ਨੇ ਜਿਹੜੇ ਗੋਮੂਤਰ ਵਗੈਰਾ ਪੀ ਕੇ ਆਪਣੇ ਆਪ ਨੂੰ ਪਵਿੱਤਰ ਕਰਨ ਦੀ ਇੱਛਾ ਰੱਖਦੇ ਨੇ ਅੱਜ ਵੀ ਬੈਠੇ ਨੇ ਪੁਰਾਣਾ ਸਮਾਂ ਨਹੀਂ ਕਿ ਅੱਜ ਨਹੀਂ ਨਹੀਂ ਅੱਜ ਵੀ ਸਭ ਕੁਝ ਹੋ ਰਿਹਾ ਤੇ ਬਾਬਾ ਕਬੀਰ ਜੀ ਧੰਨ ਨੇ ਜਿਨ੍ਹਾਂ ਨੇ ਸਦੀਆਂ ਪਹਿਲਾਂ ਉਸ ਸੱਚ ਨੂੰ ਸਾਨੂੰ ਜਗਾਉਣ ਲਈ ਲਿਖ ਦਿੱਤਾ ਤੇ ਆਖ ਦਿੱਤਾ ਭਲਿਆ ਕਿਸੇ ਭੇਖ ਨਾਲ ਕਿਸੇ ਧਰਮ ਦੇ ਪਖੰਡ ਨਾਲ ਕਿਸੇ ਧਰਮ ਦੇ ਭਰਮ ਨਾਲ ਕਦੀ ਸਾਧੂ ਨਹੀਂ ਬਣਿਆ ਜਾ ਸਕਦਾ ਕਦੀ ਧਰਮੀ ਨਹੀਂ ਬਣਿਆ ਜਾ ਸਕਦਾ ਇਸ ਲਈ ਇੱਕ ਖਿਆਲ ਕਰੀ ਜੇ ਤੂੰ ਆਪਣੇ ਆਪ ਦੇ ਸਿਰ ਮੁੰਨ ਕੇ ਆਖੇ ਮੈਂ ਸਾਧੂ ਬਣ ਜਾਵਾਂ ਤੇ ਬਿਲਕੁਲ ਨਹੀਂ ਜਿਹੜੇ ਮਨ ਵਿੱਚ ਵਿਕਾਰ ਬੈਠੇ ਨੇ ਉਹਨਾਂ ਨੂੰ ਮੁੰਨ ਕੇ ਬਾਹਰ ਕੱਢ ਲੈ ਕਹਿਣ ਲੱਗੇ ਸਾਧੂ ਬਣਿਆ ਜਾ ਸਕਦਾ ਹੈ ਕਹਿਣ ਲੱਗੀ Thank you.
ਸਾਧ ਸੰਗਤ ਦੀ ਲੋੜ ਹੈ। ਇਸੇ ਲਈ ਦੋਨੋਂ ਪੱਖ ਸਮਝਾ ਰਹੇ ਨੇ, ਸਾਧ ਸੰਗਤ ਦੀ ਲੋੜ ਹੈ, ਭਲੇ ਪੁਰਸ਼ਾਂ ਦੀ ਸੰਗਤ ਕਰ। ਆਪਾਂ ਅਰਦਾਸ ਵਿੱਚ ਕਿਉਂ ਕਹਿੰਦੇ ਹਾਂ ਸਹੀ ਗੁਰਮੁਖ ਪਿਆਰੇ ਬੇਲੀ ਜਿਹਨਾਂ ਮਿਲਿਆ ਤੇਰਾ ਨਾਮ ਚਿਰਤਾ ਆਵੇ, ਲੋੜ ਹੈ ਮਿਲਾਪ ਇਕੱਠ ਇੱਕ ਦੂਜੇ ਕੋਲੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦਾ ਸਾਧਨ ਬਣਦਾ ਹੈ। ਪਰ ਐਸਾ ਨਾ ਹੋਵੇ ਜਿਹੜੀ ਚੀਜ਼ ਦੀ ਲੋੜ ਹੈ ਉਸੇ ਦੀ ਨਕਲ ਪੈਦਾ ਹੋ ਗਈ ਹੋਵੇ ਅਤੇ ਤੂੰ ਪਛਾਣ ਨਾ ਸਕੇ। ਅੱਜ ਪਰੇਸ਼ਾਨੀ ਕੀ ਹੈ ਕਿ ਸਾਡੇ ਕੋਲ ਪਛਾਣ ਨਹੀਂ ਰਹੀ। ਇਸੇ ਭੇਖ ਵਿੱਚ ਉਹਨਾਂ ਹੀ ਡੇਰਿਆਂ ਵਿੱਚ ਅਸੀਂ ਕੇਵਲ ਇੰਨਾ ਹੀ ਪਰਖ ਸਕਦੇ ਹਾਂ, ਫਲਾਣੇ ਦਾ ਡੇਰਾ ਵੱਡਾ, ਫਲਾਣੇ ਦੇ ਕੋਲ ਸੰਗਤ ਬੜੀ, ਫਲਾਣੇ ਕੋਲ ਲੰਗਰ ਬੜਾ ਵਧੀਆ ਮਿਲਦਾ। ਇਸ ਇੰਨੀਆਂ ਗੱਲਾਂ ਵੇਖ ਕੇ ਹੀ ਅਸੀਂ ਰੀਝ ਜਾਂਦੇ ਹਾਂ। ਗੁਰੂ ਕਹਿੰਦੇ ਨੇ ਨਹੀਂ, ਬਾਬਾ ਕਬੀਰ ਜੀ ਕਹਿੰਦੇ ਨੇ ਮੈਂ ਤੈਨੂੰ ਦੋਨੋਂ ਗੱਲਾਂ ਸਮਝਾ ਦਿੱਤੀਆਂ ਨੇ, ਸੰਗਤ ਕਰੀਏ ਸਾਧ ਕੀ ਦਿਨ ਦਿਨ ਦੂਣਾ ਹੇਤ। ਉਹ ਦਿਨ ਦਿਨ ਦੂਣਾ ਹੇਤ ਵਾਲਾ ਜਿਹੜਾ ਸੁਭਾਅ ਹੈ ਉਹ ਤਾਂ ਬਣੇਗਾ ਕਿ ਸੰਗਤ ਸਾਧ ਕੀ ਜਿਉਂ ਕਿ ਭੂਸੀ ਖਾਓ, ਜਿੱਥੇ ਲਾਲਚ ਨਾ ਹੋਵੇ, ਲੋਭ ਨਾ ਹੋਵੇ। ਇਹ ਸਾਧ ਅਮੀਰ ਹੈ ਕਿ ਗਰੀਬ ਹੈ, ਇਹਦੇ ਤਨ 'ਤੇ ਕੱਪੜਾ ਲੱਭਦਾ ਕਿ ਨਹੀਂ ਲੱਭਦਾ। ਅਸੀਂ ਸ਼ਾਨੋ ਸ਼ੌਕਤ ਮਗਰ ਦੌੜ ਰਹੇ ਹਾਂ, ਉਹ ਤਾਂ ਸਾਡਾ ਸੰਸਾਰ ਦਾ ਕਰਮ ਹੈ। ਦੁਨੀਆਂ ਅੰਦਰ ਜੇ ਮਨੁੱਖ ਦੀ ਦੌੜ ਲੱਗੀ ਆ ਆਪਣੀ ਸ਼ਾਨ ਸ਼ੌਕਤ ਬਣਾਉਣ ਦੀ, ਤਾਂ ਇਸੇ ਲਈ ਕਿਉਂਕਿ ਇਹਨੂੰ ਇਹ ਪਸੰਦ ਹੈ, ਕਿਉਂਕਿ ਇਹਨੂੰ ਆਪਣੇ ਲਈ ਪਸੰਦ ਹੈ, ਇਸ ਲਈ ਇਹਦੇ ਸਾਹਮਣੇ ਸਾਧੂ ਵੀ ਉਹੀ ਵੱਡਾ ਜਿਹਦੇ ਕੋਲ ਉਹ ਸ਼ਾਨ ਸ਼ੌਕਤ ਹੈ, ਜਿਹਦੇ ਕੋਲ ਕੀਮਤੀ ਕਾਰ ਹੈ, ਜਿਹਦੇ ਕੋਲ ਵੱਡਾ ਡੇਰਾ ਹੈ, ਜਿਹਦੇ ਕੋਲ ਬਹੁਤ ਸਾਰੇ ਸਾਜੋ ਸਮਾਨ, ਮਨੁੱਖ ਸਮਝਦਾ ਵੀ ਬੜਾ ਮਹਾਂਪੁਰਸ਼ ਹੈ। ਔਰ ਨਤੀਜਾ ਕੀ ਨਿਕਲਦਾ, ਲੋਕਾਂ ਨੇ ਉਹਨਾਂ ਸਾਧੂਆਂ ਦੀਆਂ ਕਾਰਾਂ ਰੱਖੀਆਂ ਹੋਈਆਂ ਨੇ ਸੰਭਾਲ ਕੇ, ਉਹਨੂੰ ਵੀ ਮੱਥਾ ਟੇਕਦੇ ਪੈਣਾ। ਸੋਸ਼ਲ ਮੀਡੀਆ 'ਤੇ ਦਿਖਾਇਆ ਜਾਂਦਾ ਫਲਾਣੇ ਮਹਾਂਪੁਰਸ਼ ਜੀ ਇਸ ਕਾਰ 'ਤੇ ਸਵਾਰ ਹੁੰਦੇ ਸਨ, ਹੁੰਦੇ ਟਾਇਰਾਂ 'ਤੇ ਮੱਥਾ ਟੇਕੀ ਜਾਂਦੇ ਨੇ। ਉਹ ਸਾਰਾ ਦੁਖਾਂਤ ਕਿਉਂ ਵਾਪਰ ਰਿਹਾ, ਕਿਉਂਕਿ ਬਾਬਾ ਕਬੀਰ ਜੀ ਦੀ ਇਹ ਦਿੱਤੀ ਹੋਈ ਸਿੱਖਿਆ, ਇਹ ਦਿੱਤਾ ਹੋਇਆ ਉਪਦੇਸ਼ ਸਾਡੀ ਸਮਝ ਨਹੀਂ ਪੈ ਰਿਹਾ। ਸੋ ਗੁਰੂ ਬਖਸ਼ਿਸ਼ ਕਰੇ, ਬਾਬਾ ਕਬੀਰ ਜੀ ਨੇ ਲਗਾਤਾਰ 4 ਵੀਕ ਤੋਂ ਇਹੋ ਹੀ ਸਬਜੈਕਟ ਚੱਲ ਰਿਹਾ, ਸਾਧੂ ਕੀ ਹੈ, ਸਾਕਤ ਕੀ ਹੈ, ਪਖੰਡੀ ਕੀ ਹੈ, ਸਾਰਾ ਕੁਝ ਇਹੋ ਚੀਜ਼ਾਂ ਵੀ ਇੱਥੇ ਜੇ ਰੱਬ ਨਾਲ, ਪ੍ਰਭੂ ਨਾਲ, ਗੁਰੂ ਨਾਲ, ਸਾਧੂ ਨਾਲ ਕੋਈ ਸੰਬੰਧ ਜੋੜਨਾ ਤਾਂ ਪਹਿਲਾਂ ਦੇਖ ਲਈ ਉੱਥੇ ਦਰਮਿਆਨ ਵਿੱਚ ਲਾਲਚ ਨਾ ਹੋਵੇ, ਲੋਭ ਨਾ ਹੋਵੇ। ਸੋ ਇਹ ਗੱਲ ਤਾਂ ਕੇਵਲ ਰੱਬ ਨਾਲ ਹੀ ਜੁੜਦੀ ਹੈ। ਗੁਰੂ ਨੇ ਬਾਣੀ ਵਿੱਚ ਰੱਬ ਪ੍ਰਤੀ ਇੱਕ ਗੱਲ ਆਖੀ, ਕਹਿਣ ਲੱਗੇ ਆਪਣੇ ਲੋਭ ਕੋ ਕੋਈ ਉਮੀਦ। ਅਸੀਂ ਰੱਬ ਨੂੰ ਵੀ ਆਪਣੇ ਲੋਭ ਲਾਲਚ ਲਈ ਮਿੱਤਰ ਬਣਾਇਆ। ਜੇ ਸਾਨੂੰ ਪਤਾ ਹੋਵੇ ਨਾ ਰੱਬ ਕੋਲੋਂ ਕੁਝ ਨਹੀਂ ਮਿਲਦਾ, ਅਸੀਂ ਕੀ ਕਹਿ ਲੈਣਾ ਰੱਬ ਰੱਬ ਕਰਕੇ। ਜੇ ਕੋਈ ਸਿਮਰਨ ਨਾਮ ਦੀ ਗੱਲ ਕਰਦਾ ਹੈ ਤੇ ਉਹਨੂੰ ਪਹਿਲਾਂ ਇਹ ਸਮਝਾਇਆ ਜਾਂਦਾ ਨਾਮ ਜਪਣ ਨਾਲ ਮਿਲੇਗਾ। ਮਨੁੱਖ ਦੇ ਮਨ ਵਿੱਚ ਲੋਭ ਹੈ, ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਆਪਣੇ ਲੋਭ ਕੋ ਕਿੰਨਾ ਉਮੀਦ। ਮੈਂ ਤੈਨੂੰ ਵੀ ਮਿੱਤਰ ਬਣਾਇਆ ਨਾ ਤਾਂ ਆਪਣੇ ਲੋਭ ਦੀ ਖਾਤਰ, ਪਰ ਫਰਕ ਇੰਨਾ ਹੈ ਕਿ ਦੁਨੀਆਂ ਦਾ ਕੋਈ ਮਿੱਤਰ ਬਣਾਵਾਂ ਆਪਣੇ ਲੋਭ ਦੀ ਖਾਤਰ, ਉੱਥੇ ਜਿਹੜਾ ਮਿੱਤਰ ਤਾਂ ਨਿਭਦੀ ਨਹੀਂ। ਪਰ ਤੇਰੀ ਵਡਿਆਈ ਹੈ, ਤੂੰ ਇੰਨਾ ਵਿਸ਼ਾਲ ਦਿਲ ਹੈ ਕਿ ਮੈਂ ਤੈਨੂੰ ਆਪਣੇ ਲਾਲਚ ਲੋਭ ਦੀ ਖਾਤਰ ਮਿੱਤਰ ਬਣਾਇਆ, ਤੂੰ ਮੈਨੂੰ ਫਿਰ ਵੀ ਸਭ ਕੁਛ ਦੇਈ ਜਾਂਦਾ, ਨਾਰਾਜ਼ ਹੀ ਨਹੀਂ ਹੁੰਦਾ। ਆਪਣੇ ਲੋਭ ਕੋ ਕਿੰਨੋ ਮੀਤ, ਸਗਲ ਪਦਾਰਥ ਮੁਕਤ ਪਦ ਦੀਤ। ਕਹਿਣ ਲੱਗੇ ਐਸਾ ਮੀਤ ਕਰੋ ਸਭ ਕੋਈ, ਦੁਨੀਆਂ ਦੇ ਲੋਕੋ ਆ ਉਸ ਰੱਬ ਨੂੰ ਮਿੱਤਰ ਬਣਾਈਏ ਜਿਹੜਾ ਸਾਡੇ ਲਾਲਚੀ ਮਨ ਨੂੰ ਵੀ ਫਿਰ ਵਿਸ਼ਾਲ ਦਿਲੀ ਨਾਲ ਸੀਨੇ ਲਾ ਲੈਂਦਾ ਹੈ। ਸੰਸਾਰ ਦੇ ਕਿਸੇ ਮਿੱਤਰ ਨੂੰ ਪਤਾ ਲੱਗ ਜਾਏ ਨਾ ਵੀ ਇਹ ਮੇਰੇ ਨਾਲ ਨੇੜਤਾ ਮਿੱਤਰਤਾ ਇਸ ਲਈ ਬਣਾ ਰਿਹਾ ਕਿਉਂਕਿ ਇਹਨੂੰ ਆਪਣਾ ਲੋਭ ਹੈ, ਉਹ ਪਹਿਲਾਂ ਹੀ ਪਾਸਾ ਵੱਟ ਜਾਂਦਾ, ਕਹਿੰਦਾ ਆਪਣੀ ਲੋੜ ਲਈ ਆਇਆ ਪਰ ਰੱਬ ਪਾਸਾ ਨਹੀਂ ਵੱਟਣਾ।
ਤੇ ਗੁਰੂ ਕਹਿੰਦੇ ਇਹ ਜਿਹਾ ਮਿੱਤਰ ਬਣਾ ਜਿਹੜਾ ਤੇਰੇ ਲਾਲਚੀ ਮਨ ਤੋਂ ਵੀ ਪਾਸਾ ਨਾ ਵੱਟੇ ਆਪਣੇ ਲੋਭ ਕੋ ਕੀ ਉਮੀਦ ਸਗਲ ਪਦਾਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਏ ਜਾਤੇ ਬਿਰਥਾ ਕੋਏ ਨਾ ਹੋਏ ਇਹਨਾਂ ਸ਼ਬਦਾਂ ਨਾਲ ਕਿੰਨਾ ਦਾ ਜਾ ਚੇਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ।